Hi friends welcome kar rahi haa todi sara da tade apne official youtube channel meet academy de utte ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਅਜੇ ਰਾਤ ਹੀ ਤੁਹਾਨੂੰ ਅਸੀਂ ਗੁੱਡ ਨਿਊਜ਼ ਦਿੱਤੀ ਸੀਗੀ ਪੀ ਟ੍ਰਿਪਲ ਐਸ ਬੀ ਡਿਪਾਰਟਮੈਂਟ ਦੀਆਂ 2280 ਵੈਕੈਂਸੀਜ਼ ਰਿਗਾਰਡਿੰਗ ਤੇ ਹੁਣ ਪੰਜਾਬ ਪੁਲਿਸ ਦੀ ਭਰਤੀ ਦਾ ਵੀ ਇੱਕ ਆਫੀਸ਼ੀਅਲ ਅਪਡੇਟ ਆ ਚੁੱਕਿਆ ਹੈ ਜਿਹੜੇ ਕੈਂਡੀਡੇਟ ਦੇ ਕਮੈਂਟਸ ਵੀ ਆ ਰਹੇ ਸੀਗੇ ਕਿ ਕੀ ਕਾਂਸਟੇਬਲ ਦੀ ਭਰਤੀ ਦਾ ਇਸ ਵਾਰ ਪੇਪਰ ਹੋ ਸਕਦਾ ਹੈ ਭਰਤੀ ਕਦੋਂ ਆਉਗੀ ਤਾਂ ਫਾਈਨਲੀ ਆਫੀਸ਼ੀਅਲ ਅਪਡੇਟ ਆ ਚੁੱਕਿਆ ਹੈ ਕਿ ਇਹ ਅਪਡੇਟ ਹੈ ਸਾਰਾ ਅਸੀਂ ਬ੍ਰੀਫ ਦੇ ਵਿੱਚ ਡਿਸਕਸ ਕਰਾਂਗੇ ਵੀਡੀਓ ਨੂੰ ਕੰਪਲੀਟ ਜ਼ਰੂਰ ਦੇਖਿਓ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਸਟੇਟ ਦੀ ਹਰ ਇੱਕ ਭਰਤੀ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਵੇ ਆਫੀਸ਼ੀਅਲ ਨੋਟੀਫਿਕੇਸ਼ਨ ਪੀਡੀਐਫ ਦੇ ਨਾਲ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਇਹਦੇ ਨਾਲ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੇਗਾ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ ਕਾਫੀ ਸਾਰੇ ਨਵੇਂ ਡਿਪਾਰਟਮੈਂਟ ਦੀਆਂ ਵੈਕੈਂਸੀਜ਼ ਹੈ ਜਿਹੜੀਆਂ ਰਿਲੀਜ਼ ਕਰ ਦਿੱਤੀਆਂ ਗਈਆਂ ਜਿਵੇਂ ਪੀਪੀਐਸਸੀ ਦਾ ਆਲਰੇਡੀ ਤੁਹਾਨੂੰ ਪਤਾ ਨੋਟੀਫਿਕੇਸ਼ਨ ਆਇਆ ਹੋਇਆ ਹੈ ਜਿਹੜਾ ਕਿ ਸਬਡਿਵੀਜ਼ਨ ਇੰਜੀਨੀਅਰ ਦਾ ਆ ਜੂਨੀਅਰ ਇੰਜੀਨੀਅਰ ਦੀ ਵੈਕੈਂਸੀ ਆਇਆ ਜੇਕਰ ਤੁਸੀਂ ਐਲੀਜੀਬਲ ਹੈ ਅਪਲਾਈ ਤੁਸੀਂ ਕਰ ਹੀ ਲਿਤਾਉਂਗਾ ਬਾਕੀ ਜੇ ਤੁਹਾਨੂੰ ਕੋਈ ਡਾਊਟ ਹੈ ਕਿਸੇ ਵੀ ਵੈਕੈਂਸੀਸ ਨੂੰ ਲੈ ਕੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਡੀ ਡੈਫੀਨਿਟਲੀ ਹੈਲਪ ਕੀਤੀ ਜਾਊਂਗੀ ਹੁਣ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਇੱਕ ਵੱਡਾ ਅਪਡੇਟ ਆਇਆ ਹੋਣੇ ਉਹਨੇ ਜਿਹਦੇ ਵਿੱਚ ਤੁਹਾਨੂੰ ਆਪਣੀ ਤਿਆਰੀ ਜਿਹੜੀ ਆ ਅੱਜ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਇਹ ਕੀ ਅਪਡੇਟ ਆਇਆ ਹੋਇਆ ਹੈ ਤੁਹਾਨੂੰ ਮੈਂ ਸਾਰਾ ਬ੍ਰੀਫ ਚ ਦੱਸਾਂਗੀ ਤੇ ਆਫੀਸ਼ੀਅਲ ਅਪਡੇਟ ਜਿਹੜਾ ਆਇਆ ਉਸ ਤੇ ਹੀ ਮੈਂ ਤੁਹਾਨੂੰ ਲੈ ਕੇ ਚਲਾਂਗੀ ਬਾਕੀ ਪੰਜਾਬ ਦੀ ਕਿਸੇ ਵੀ ਜੌਬ ਦੀ ਤੁਸੀਂ ਤਿਆਰੀ ਕਰਦੇ ਪਿਓ ਉਹਦੇ ਵਾਸਤੇ ਬੈਸਟ ਸਟੱਡੀ ਮਟੀਰੀਅਲ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਡਾਊਨਲੋਡ ਕਰ ਸਕਦੇ ਆ ਬਹੁਤ ਜ਼ਿਆਦਾ ਵੈਲਿਊਏਬਲ ਬੁੱਕਸ ਨੇ ਕਾਫੀ ਸਾਰੇ ਕੈਂਡੀਡੇਟ ਦੇ ਸਾਨੂੰ ਕਮੈਂਟਸ ਆਉਂਦੇ ਹੀ ਰਹਿੰਦੇ ਆ ਕਿ ਉਹਨਾਂ ਨੂੰ ਕੁਐਸਚਨ ਜਿਹੜੇ ਆ ਉਹ ਪੀਡੀਐਫ ਦੇ ਵਿੱਚੋਂ ਆ ਰਹੇ ਨੇ ਤਾਂ ਉਹਨਾਂ ਪੀਡੀਐਫ ਨੂੰ ਜ਼ਰੂਰ ਇੱਕ ਵਾਰ ਚੈੱਕ ਕਰਕੇ ਡਾਊਨਲੋਡ ਕਰਿਓ ਤੁਹਾਡੇ ਹਰ ਇੱਕ ਐਗਜ਼ਾਮ ਦੇ ਵਿੱਚ ਉਹ ਕੰਮ ਆਣ ਗਿਆ ਹੁਣ ਮੈਂ ਤੁਹਾਨੂੰ ਲੈ ਚੱਲਦੀ ਆ ਨੋਟੀਫਿਕੇਸ਼ਨ ਦੇ ਉੱਤੇ ਇੱਕ ਕਿਹੜਾ ਅਪਡੇਟ ਜਿਹੜਾ ਆ ਪੰਜਾਬ ਪੁਲਿਸ ਦੇ ਰਿਗਾਰਡਿੰਗ ਆਇਆ ਹੋਇਆ ਆ ਔਰ ਕੀ ਇਹ ਇੰਪੋਰਟੈਂਟ ਅਪਡੇਟ ਆ ਮੈਂ ਤੁਹਾਨੂੰ ਸਾਰਾ ਬਰੀਫ ਚ ਦੱਸਾਂਗੀ ਤੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਪੂਰੇ ਪੰਜਾਬ ਦੇ ਵਿੱਚ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੱਸਿਆ ਸੀਗਾ ਕਿ ਇਹディ ਵੈਕੈਂਸੀਜ਼ ਐ April ਦੇ ਵਿੱਚ ਜਾਂ ਫਿਰ May ਦੇ ਵਿੱਚ ਆ ਜਾਣਗੀਆਂ ਤੇ ਹੁਣ ਜਿੱਦਾਂ ਦਾ ਇਹ ਅਪਡੇਟ ਆਇਆ ਹੈ ਤਾਂ ਪੂਰੇ ਚਾਂਸਸ ਆ ਕਿ April ਦੇ ਵਿੱਚ ਇਹਦਾ ਨੋਟੀਫਿਕੇਸ਼ਨ ਜਿਹੜਾ ਆਫੀਸ਼ੀਅਲ ਹੋ ਰਿਲੀਜ਼ ਕਰ ਦਿੱਤਾ ਜਾਊਗਾ ਤਾਂ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦੀ ਹਾਂ ਕਿਹੜਾ ਇਹ ਅਪਡੇਟ ਆਇਆ ਹੋਇਆ ਹੈ ਉਹਦੇ ਬਾਰੇ ਪਹਿਲਾਂ ਗੱਲ ਕਰਦੇ ਆ ਤੁਸੀਂ ਦੇਖ ਸਕਦੇ ਆ ਇਹ ਜਿਹੜਾ ਗਵਰਨਮੈਂਟ ਆਫ ਪੰਜਾਬ ਦਾ ਫੇਸਬੁੱਕ ਅਕਾਊਂਟ ਹੈ ਉੱਥੇ ਹੀ ਅਪਡੇਟ ਕੀਤਾ ਗਿਆ ਆ ਤੇ ਇੱਕ ਇੰਪੋਰਟੈਂਟ ਗੱਲ ਆ ਬਹੁਤ ਸਾਰੇ ਕੈਂਡੀਡੇਟ ਦੇ ਕਮੈਂਟਸ ਆ ਰਹੇ ਸੀਗੇ ਕਿ ਜਿਹੜੀ ਤਿਆਰੀ ਤੁਸੀਂ ਕਰਨਾ ਚਾਹੁੰਦੇ ਆ ਪੰਜਾਬ ਪੁਲਿਸ ਦੀ ਭਰਤੀ ਦੀ ਤੇ ਕਿਹੜੇ-ਕਿਹੜੇ ਕੈਂਡੀਡੇਟ ਆ ਜਿਹੜੇ ਕੌਨਸਟੇਬਲ ਅਤੇ ਸਬ ਇੰਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੇ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖਿਓ ਫੀਮੇਲ ਐਂਡ ਮੇਲ ਦੋਨੋਂ ਹੀ ਲਿਖਿਓ ਤਾਂ ਕਿ ਉਸ ਅਕੋਰਡਿੰਗਲੀ ਤੁਹਾਡੇ ਵਾਸਤੇ ਜਿਹੜੇ ਆ ਉਹ ਤੁਹਾਨੂੰ ਤਿਆਰੀ ਕਰਵਾਈ ਜਾ ਸਕੇ ਹੁਣ ਮੈਂ ਤੁਹਾਨੂੰ ਦੱਸ ਦਈਏ ਕੀ ਕੀ ਅਪ ਹਾਏ ਗਵਰਨਮੈਂਟ ਆਫ ਪੰਜਾਬ ਦੇ ਫੇਸਬੁਕ ਅਕਾਊਂਟ ਦੇ ਉੱਤੇ ਇਹ ਜਿਹੜਾ ਟਵੀਟ ਕੀਤਾ ਗਿਆ ਹੈ ਜਿਹਦੇ ਵਿੱਚ ਤੁਹਾਨੂੰ ਮੈਂ ਦੱਸਣੇ ਪਹਿਲਾਂ ਇਹ ਕੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਪੁਲਿਸ ਵਿੱਚ ਕਨਸਟੇਬਲ ਹੈੱਡ ਕਨਸਟੇਬਲ ਅਤੇ ਸਬ ਇੰਸਪੈਕਟਰ ਦੀ ਭਰਤੀ ਦੇ ਲਈ ਜਿਹੜਾ ਤੁਹਾਨੂੰ ਪਤਾ ਕੁਝ ਦਿਨ ਪਹਿਲਾਂ ਵੀ ਇੱਕ ਅਪਡੇਟ ਨਿਊਜ਼ਪੇਪਰ ਦੇ ਵਿੱਚ ਆਇਆ ਸੀ ਜਿਹੜਾ ਦੱਸਿਆ ਗਿਆ ਸੀ 10000 ਦੀ ਨੀਅਰ ਅਬਾਊਟ ਇਸ ਵਾਰ ਜਿਹੜੀਆਂ ਪੋਸਟਾਂ ਆ ਰਹੀਆਂ ਆ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਭਰਤੀ ਦੇ ਵਾਸਤੇ ਪ੍ਰਵਾਨਗੀ ਦਿੱਤੇ ਜਾਣ ਨਾਲ ਡਾਇਰੈਕਟਰ ਜਨਰਲ ਆਫ ਪੁਲਿਸ ਮਤਲਬ ਡੀਜੀਪੀ ਪੰਜਾਬ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ 54 ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਅਤੇ ਸਰੀਰਕ ਜਾਂਚ ਦੀਆਂ ਤਿਆਰੀਆਂ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਭਰਤੀ ਬਿਲਕੁਲ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਜੜੀਆ ਉਹ ਕੀਤੀ ਜਾਵੇਗੀ। ਤੇ ਇਹਦੇ ਵਿੱਚ ਇਹਨਾਂ ਨੇ ਦੇਖੋ ਮੈਂਸ਼ਨ ਕੀਤਾ ਇਹਨਾਂ ਨੇ ਇਹ ਮੈਂਸ਼ਨ ਨਹੀਂ ਕੀਤਾ ਕਿ ਸਿਰਫ ਔਰ ਸਿਰਫ ਸਬ ਇੰਸਪੈਕਟਰ ਵਾਸਤੇ ਪੇਪਰ ਹੋਵੇਗਾ। ਇਹਦੇ ਵਿੱਚ ਇਹਨਾਂ ਨੇ ਤਿੰਨ ਟਾਈਪ ਦੀ ਪੋਸਟਾਂ ਦਾ ਜ਼ਿਕਰ ਕੀਤਾ ਹੈ ਜਿਦੇ ਵਿੱਚ ਕਾਂਸਟੇਬਲ ਦੀਆਂ ਹੈਡ ਕਨਸਟੇਬਲ ਦੀ ਹੈ ਸਬ ਇਨਸਪੈਕਟਰ ਦੀ ਹੈ ਤੇ ਤੁਹਾਨੂੰ ਪਤਾ ਹੈ 1-2 ਸਾਲ ਪਹਿਲਾਂ ਵੀ ਜਿਹੜੇ ਕਾਫੀ ਸਾਰੇ ਯੂਥ ਹੈ ਉਹਨਾਂ ਨੇ ਜਿਹੜਾ ਇੱਕ ਟਵੀਟ ਤੇ ਸ਼ੁਰੂ ਕੀਤਾ ਸੀਗਾ ਕਿ ਇਗਜ਼ਾਮ ਜਿਹੜਾ ਇਸ ਵਾਰ ਲਿੱਤਾ ਜਾਵੇ ਕਨਸਟੇਬਲ ਦੀ ਭਰਤੀਆਂ ਦਾ ਵੀ ਤੇ ਇਹਦੇ ਵਿੱਚ ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਆ 99.9% ਚਾਂਸਸ ਜਿਹੜੇ ਆ ਉਹ ਕਨਸਟੇਬਲ ਦੇ ਵੀ ਇਸ ਵਾਰ ਪੇਪਰ ਹੋਣ ਦੇ ਹੈਗੇ ਆ ਤੁਸੀਂ ਅੱਜ ਤੋਂ ਹੀ ਤਿਆਰੀ ਸ਼ੁਰੂ ਕਰ ਦੇਣੀ ਹੈ ਤੁਸੀਂ ਵੇਟ ਨਾ ਕਰੋ ਕਦ ਪਰ ਤਿਆਰੀ ਹੈ ਭਰਤੀ ਹੋਣ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ ਹਰ ਇੱਕ ਡਿਪਾਰਟਮੈਂਟ ਦੀ ਜਿਵੇਂ ਪੀਟ ਪੀਐਸਬੀ ਦੀ ਡਿਪਾਰਟਮੈਂਟ ਦੇ 2280 ਪੋਸਟ ਆ ਰਹੀਆਂ ਜਿਦੇ ਵਿੱਚੋਂ ਕਲਰਕ ਦੀਆਂ ਵੀ ਆ ਔਰ ਉਸ ਤੋਂ ਇਲਾਵਾ ਸੁਪਰਵਾਈਜ਼ਰ ਦੀਆਂ ਵੀ ਵੈਕੈਂਸੀਜ਼ ਆ ਅਤੇ ਅਦਰ ਵੈਕੈਂਸੀਜ਼ ਆ ਤੇ ਕਾਫੀ ਸਾਰੇ ਦੇ ਵੀ ਕਮੈਂਟ ਆ ਰਹੇ ਕਿ ਸਟੈਨੋਗ੍ਰਾਫਰ ਦੀਆਂ ਵੈਕੈਂਸੀਜ਼ ਕੱਦਣ ਗਿਆ ਉਹਦੇ ਰਿਗਾਰਡਿੰਗ ਹਜੇ ਤੱਕ ਕੋਈ ਅਪਡੇਟ ਨਹੀਂ ਹੈ ਕਿ ਪੀਟ ਪੀਐਸਬੀ ਚ ਕੱਦਣ ਗਿਆ ਵੈਸੇ ਜਿਹੜਾ ਨੋਟੀਫਿਕੇਸ਼ਨ 2280 ਪੋਸਟ ਆ ਤ ਹੈ ਆਨੀਆਂ ਉਹਦੇ ਵਿੱਚ ਹੀ ਚਾਹੀਦੀਆਂ ਬਾਕੀ ਜਦੋਂ ਅਪਡੇਟ ਆਊਗਾ ਉਸ ਟਾਈਮ ਤੁਹਾਨੂੰ ਦੱਸ ਹੀ ਦਿੱਤਾ ਜਾਊਗਾ ਬਾਕੀ ਜਿਹੜੇ-ਜਿਹੜੇ ਵੀ ਕੈਂਡੀਡੇਟ ਚਾਹੁੰਦੇ ਆ ਕਿ ਪੰਜਾਬ ਪੁਲਿਸ ਦੀ ਭਰਤੀ ਦੀ ਤਿਆਰੀ ਤੁਹਾਨੂੰ ਮੀਤ ਅਕੈਡਮੀ ਚੈਨਲ ਦੁਆਰਾ ਕਰਵਾਈ ਜਾਵੇ ਤਾਂ ਉਹ ਸਾਰੇ ਕੈਂਡੀਡੇਟ ਨੇ ਕਮੈਂਟ ਕਰਨਿਆ ਤਾਂ ਉਹਦੇ ਅਕੋਰਡਿੰਗਲੀ ਆਪਾਂ ਸ਼ਡਿਊਲ ਜਿਹੜਾ ਸੈੱਟ ਕਰ ਲਾਂਗੇ ਉਹਦੇ ਅਕੋਰਡਿੰਗਲੀ ਆਪਾਂ ਤੁਹਾਨੂੰ ਤਿਆਰੀ ਜਿਹੜੀ ਆ ਕਰਵਾਵਾਂਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅੱਜ ਦੇ ਲਈ ਐਨ ਆਈ ਹੋਣ ਆਪਾਂ ਮਿਲਾਂਗੇ ਨਵੀਂ ਇਨਫੋਰਮੇਸ਼ਨ ਨਾਲ ਨਵੀਂ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ